ਓਏ ਭਾਣੇ ਇਹਦੇ ਰੁਕ ਜਾ ਸੜਕ ਵਿਚਾਲੇ ਹੰਗਾਮਾ ਕਰਦੇ ਇਹ ਦੋਵੇਂ ਪਤੀ ਪਤਨੀ ਨੇ ਜੋ ਮਹਿਜ ਇੱਕ ਫੋਨ ਦੇ ਪਿੱਛੇ ਸੜਕ ਤੇ ਹੀ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋ ਰਹੇ ਨੇ, ਹੱਥੋਂ ਪਾਈ ਤੱਕ ਹੋ ਰਹੀ ਹੈ। ਤੇ ਔਰਤ ਬਾਰ ਬਾਰ ਇਹੀ ਕਹਿ ਰਹੀ ਹੈ ਕਿ ਭਾਜੀ ਮੇਰਾ ਫੋਨ ਲਿਆ ਦਿਓ, ਭਾਜੀ ਮੇਰਾ ਫੋਨ ਲਿਆ ਦਿਓ। ਦਰਅਸਲ ਇਸ ਔਰਤ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਉਸਦਾ ਫੋਨ ਖੋਹ ਲਿਆ, ਜਿਸ ਲਈ ਉਹ ਫੋਨ ਵਾਪਸ ਲੈਣ ਲਈ ਸਾਰੀ ਜੱਦੋਜਹਿਦ ਕਰ ਰਹੀ ਹੈ। ਪਤੀ ਤੋਂ ਫੋਨ ਵਾਪਸ ਮੰਗ ਰਹੀ ਹੈ ਪਰ ਪਤੀ ਫੋਨ ਵਾਪਸ ਨਹੀਂ ਦੇ ਰਿਹਾ। ਇਸੇ ਦੇ ਚੱਲਦਿਆਂ ਹੀ ਘਰ 'ਚ ਸ਼ੁਰੂ ਹੋਇਆ ਝਗੜਾ, ਬਾਹਰ ਸੜਕ 'ਤੇ ਵੀ ਪਹੁੰਚ ਗਿਆ ਅਤੇ ਲੜਦੇ ਲੜਦੇ ਪਤੀ ਪਤਨੀ ਸੜਕ ਦੇ ਵਿਚਾਲੇ ਆ ਗਏ, ਜਿੱਥੇ ਜੰਮ ਕੇ ਹੰਗਾਮਾ ਕੀਤਾ। ਵੀਡੀਓ ਅੰਮ੍ਰਿਤਸਰ ਦੇ ਖਜ਼ਾਨਾ ਵਾਲਾ ਗੇਟ ਦੀ ਹੈ, ਜਿੱਥੇ ਇੱਕ ਘਰ ਦੇ ਵਿੱਚੋਂ ਇਹ ਪਤੀ ਪਤਨੀ ਲੜਦੇ ਹੋਏ ਬਾਹਰ ਸੜਕ 'ਤੇ ਆ ਗਏ ਅਤੇ ਫਿਰ ਇੱਥੇ ਲੋਕ ਵੀ ਇਕੱਠੇ ਹੋ ਗਏ। ਇਸ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਦੇ ਵੱਲੋਂ ਉਸਦਾ ਫੋਨ ਖੋਇਆ ਗਿਆ ਹੈ, ਉਸਦੀ ਗੱਡੀ ਭੰਨੀ ਗਈ ਹੈ। ਹਾਲਾਂਕਿ ਪਤੀ ਦੇ ਵੱਲੋਂ ਇੱਥੇ ਕੁਛ ਨਹੀਂ ਕਿਹਾ ਜਾ ਰਿਹਾ, ਬਸ ਆਪਣੀ ਪਤਨੀ ਨੂੰ ਰੋਕਿਆ ਜਾ ਰਿਹਾ ਹੈ। ਇੱਥੇ ਇੱਕ ਹੋਰ ਔਰਤ ਵੀ ਹੈ ਜੋ ਇਸ ਸ਼ਖਸ ਦੇ ਨਾਲ ਹੱਥੋਂ ਪਾਈ ਹੁੰਦੀ ਹੈ, ਤਾਂ ਦੋਨਾਂ ਦੇ ਨਾਲ ਹੀ ਇਹ ਪਤੀ ਜਿਹੜਾ ਹੈ ਲੜਦਾ ਨਜ਼ਰ ਆਉਂਦਾ ਹੈ। ਪਤੀ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਨੇ ਇਹਨਾਂ ਔਰਤਾਂ ਦੇ ਵੱਲੋਂ, ਅਤੇ ਆਪਣਾ ਫੋਨ ਪਤਨੀ ਦੇ ਵੱਲੋਂ ਵਾਪਸ ਮੰਗਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਤੀ ਦੇਣ ਤੋਂ ਇਨਕਾਰ ਕਰ ਰਿਹਾ ਹੈ। ਕੋਲ ਖੜੇ ਲੋਕ ਵੀ ਇਹ ਝਗੜਾ ਦੇਖ ਰਹੇ ਨੇ, ਜਿਨ੍ਹਾਂ ਨੂੰ ਇਹ ਔਰਤ ਬਾਰ ਬਾਰ ਕਹਿ ਰਹੀ ਹੈ ਕਿ ਭਾਜੀ ਮੇਰਾ ਫੋਨ ਵਾਪਸ ਲਿਆ ਦਿਓ, ਇਹਦੇ ਕੋਲੋਂ ਮੇਰਾ ਫੋਨ ਇਹਨੂੰ ਕੋ ਵਾਪਸ ਦੇ ਦਵੇ। ਪਰ ਲੋਕ ਇੱਥੇ ਖੜੇ ਸਿਰ ਤਮਾਸ਼ਾ ਦੇਖਦੇ ਰਹੇ ਅਤੇ ਵੀਡੀਓ ਬਣਾਉਂਦੇ ਰਹੇ, ਅਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਕਰੀਬ 1 ਵਜੇ ਪਤੀ ਪਤਨੀ ਲੜਦੇ ਲੜਦੇ ਘਰੋਂ ਬਾਹਰ ਨਿਕਲੇ ਅਤੇ ਸੜਕ 'ਤੇ ਆ ਗਏ, ਅਤੇ ਪਤਨੀ ਲਗਾਤਾਰ ਆਪਣਾ ਫੋਨ ਮੰਗਦੀ ਰਹੀ ਕਿ ਮੇਰਾ ਫੋਨ ਵਾਪਸ ਕਰ ਦੇ, ਪਰ ਪਤੀ ਦੇ ਵੱਲੋਂ ਫੋਨ ਵਾਪਸ ਨਹੀਂ ਕੀਤਾ ਗਿਆ, ਜਿਸ ਕਰਕੇ ਝਗੜਾ ਵੱਧ ਗਿਆ। ਗੱਲ ਹੱਥੋਂ ਪਾਈ ਤੱਕ ਪਹੁੰਚੀ ਅਤੇ ਸੜਕ 'ਤੇ ਹੀ ਇਸ ਪਤਨੀ ਨੇ ਆਪਣੇ ਪਤੀ ਦੇ ਕੱਪੜੇ ਤੱਕ ਪਾੜ ਦਿੱਤੇ ਨੇ। ਉਸਦੇ ਨਾਲ ਇੱਕ ਹੋਰ ਔਰਤ ਵੀ ਮੌਜੂਦ ਹੈ ਜੋ ਉਸ ਸ਼ਖਸ ਤੋਂ ਮੋਬਾਈਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਸ਼ਖਸ ਗਾਲਾਂ ਕੱਢਦਾ ਹੋਇਆ ਦੋਨਾਂ ਨੂੰ ਹੀ ਰੋਕ ਰਿਹਾ ਹੈ। ਇੱਥੋਂ ਤੱਕ ਕਿ ਕਿਸੇ ਆਪਣੇ ਸਾਥੀ ਨੂੰ ਕੋਈ ਮੋਬਾਈਲ ਨੰਬਰ ਦੱਸ ਕੇ ਕੁਝ ਹੋਰ ਬੰਦਿਆਂ ਨੂੰ ਬੁਲਾਉਣ ਦੀ ਵੀ ਗੱਲ ਕਰਦਾ ਹੈ। ਪਰ ਇੱਥੇ ਔਰਤ ਲਗਾਤਾਰ ਆਪਣਾ ਫੋਨ ਵਾਪਸ ਮੰਗਦੀ ਰਹਿੰਦੀ ਹੈ, ਅਤੇ ਕੋਲ ਖੜੇ ਲੋਕ ਇਹ ਸਾਰਾ ਤਮਾਸ਼ਾ ਦੇਖ ਰਹੇ ਹੁੰਦੇ ਨੇ ਅਤੇ ਵੀਡੀਓ ਬਣਾਉਂਦੇ ਰਹਿੰਦੇ ਨੇ। ਕੋਈ ਵੀ ਇਸ ਝਗੜੇ ਨੂੰ ਰੋਕਦਾ ਨਹੀਂ ਹੈ।